ਸਤਿ ਸ਼੍ਰੀ ਅਕਾਲ, ਵੈਲਕਮ ਟੂ ਬਲੂਬਰਡ ਟ੍ਰੀਵੋ। ਕੈਨੇਡਾ ਦੇ ਵਿੱਚ ਅੱਜ ਦੀ ਡੇਟ 'ਚ ਜੋ ਵੀਜ਼ਾ ਅਪਲਾਈ ਹੋ ਰਹੇ ਨੇ ਉਹਨਾਂ ਨੂੰ ਕਿੰਨਾ ਟਾਈਮ ਲੱਗ ਰਿਹਾ, ਵੀਜ਼ਾ ਰਿਜ਼ਲਟ ਕਿਵੇਂ ਦੇ ਆ ਰਿਹਾ ਅਤੇ ਕੀ ਵੀਜ਼ਾ ਹੁਣ ਅਪਲਾਈ ਕਰਨਾ ਚਾਹੀਦਾ ਕਿ ਨਹੀਂ, ਅੱਜ ਦੀ ਵੀਡੀਓ 'ਚ ਆਪਾਂ ਇਹਦੇ 'ਤੇ ਗੱਲ ਕਰਾਂਗੇ। ਕੈਨੇਡਾ ਦੇ ਵਿੱਚ ਇਸ ਟਾਈਮ ਥੋੜ੍ਹਾ ਜਿਹਾ ਇੱਕ ਟਰੈਂਡ ਹੈ, ਉਹ ਡਿਫਰੈਂਟ ਆ ਰਿਹਾ ਕਿ ਇਸ ਟਾਈਮ ਕਾਫੀ ਐਵੇਂ ਦੇ ਕੇਸ ਨੇ ਜਿਨ੍ਹਾਂ ਨੂੰ ਓਟੋ ਰਿਫਿਊਜ਼ਲ ਦੇਖਣ ਨੂੰ ਮਿਲ ਰਿਹਾ। ਬਟ ਇੱਥੇ ਇੱਕ ਪੋਜ਼ਿਟਿਵ ਚੀਜ਼ ਕੀ ਹੈ ਕਿ ਮੈਕਸੀਮਮ ਕੇਸ ਜਿਹੜੇ 10 ਦਿਨ ਤੋਂ ਉੱਤੇ ਚਲੇ ਜਾਂਦੇ ਆ, ਜਿਵੇਂ ਫਾਈਲ ਤੁਸੀਂ ਲਾਈ ਹੈ ਤੁਹਾਡਾ ਜੇ ਰਿਜ਼ਲਟ 10 ਦਿਨ ਦੇ ਵਿੱਚ ਨਹੀਂ ਆਇਆ, ਤੁਹਾਡਾ 15-20 ਦਿਨ ਹੋ ਗਏ ਨੇ ਜਾਂ ਮਹੀਨਾ ਹੋ ਗਿਆ, ਅਤੇ ਤੁਹਾਡੇ ਜ਼ਿਆਦਾ ਚਾਂਸ ਵੀਜ਼ਾ ਲੱਗਣ ਦੇ ਨੇ। ਤੁਹਾਡੇ ਜ਼ਿਆਦਾ ਚਾਂਸ ਨਹੀਂ ਕਿ ਤੁਹਾਡਾ ਵੀਜ਼ਾ ਲੱਗ ਕੇ ਆਏਗਾ, ਸ਼ੋਰ ਨਹੀਂ ਕਹਿ ਸਕਦਾ ਕੋਈ ਵੀ ਕਿ ਆਏਗਾ ਹੀ ਆਏਗਾ, ਬਟ ਜ਼ਿਆਦਾ ਚਾਂਸ ਵੀਜ਼ਾ ਦੇ ਹੋ ਜਾਂਦੇ ਆ। ਅਤੇ ਜੇ ਰਿਫਿਊਜ਼ਲਸ ਆ ਰਹੀਆਂ ਨੇ ਉਹ ਵਿਦਇਨ 10 ਡੇਜ਼ ਦੇ ਵਿੱਚ ਆ ਰਹੀਆਂ ਨੇ, ਅਤੇ ਓਟੋ ਰਿਫਿਊਜ਼ਲ ਆ ਰਹੀਆਂ ਨੇ। ਇੱਥੇ ਇੱਕ ਗੱਲ ਯਾਦ ਰੱਖਿਓ, ਜਿਹਦੀ ਵੀ ਓਟੋ ਰਿਫਿਊਜ਼ਲ ਆ ਰਹੀ ਹੈ ਦੁਬਾਰਾ ਅਪਲਾਈ ਜ਼ਰੂਰ ਕਰੋ, ਤੁਹਾਨੂੰ ਜ਼ਰੂਰ ਅਪਲਾਈ ਕਰਨਾ ਚਾਹੀਦਾ, ਕਿਉਂਕਿ ਸੈਕਿੰਡ ਟਾਈਮ ਅਪਲਾਈ ਕਰਨ 'ਤੇ ਵੀਜ਼ਾ ਨਿਕਲ ਰਹੇ ਨੇ। ਪਹਿਲੇ ਟਾਈਮ ਦੇ ਵਿੱਚ ਕੁਛ ਮਿਸਿੰਗ ਹੋ ਗਿਆ ਜਾਂ ਕੁਛ ਪ੍ਰੋਬਲਮ ਆਈ ਆ, ਉਹਨੂੰ ਦੇਖਦੇ ਹੋਏ ਆਪਣੀ ਫਾਈਲ ਨੂੰ ਦੁਬਾਰਾ ਦੇਖ ਕੇ ਦੁਬਾਰਾ ਰੀਅਪਲਾਈ ਕਰ ਦਿਉ, ਤੁਹਾਡੇ ਵੀਜ਼ਾ ਦੇ ਚਾਂਸ ਜਿਹੜੇ ਆ ਉੱਥੇ ਰਹਿਣਗੇ, ਤੁਹਾਨੂੰ ਵੀਜ਼ਾ ਮਿਲ ਸਕਦਾ, ਇਹ ਗੱਲ ਯਾਦ ਰੱਖਿਓ। ਅਤੇ ਜੇ ਤੁਹਾਡੀ ਓਟੋ ਰਿਫਿਊਜ਼ਲ ਆਈ ਹੈ ਤਾਂ ਸਾਡੀ ਟੀਮ ਨਾਲ ਕੋਂਟੈਕਟ ਕਰਕੇ ਆਪਣਾ ਦੁਬਾਰਾ ਜ਼ਰੂਰ ਅਪਲਾਈ ਕਰ ਲਓ। ਅਤੇ ਪ੍ਰੋਸੈਸ ਟਾਈਮ ਦੀ ਗੱਲ ਕਰੀਏ, ਜਦੋਂ ਤੁਸੀਂ ਬਾਇਓਮੈਟ੍ਰਿਕ ਦੇ ਦਿੰਦੇ ਹੋ ਤਾਂ ਜਿਹੜੀ ਓਟੋ ਰਿਫਿਊਜ਼ਲ ਹੈ ਉਹ 7-10 ਡੇਜ਼ 'ਚ ਆ ਰਹੀ ਹੈ, ਅਤੇ ਜੇ 7-10 ਡੇਜ਼ ਦੇ ਵਿੱਚ ਤੁਹਾਡਾ ਰਿਜ਼ਲਟ ਨਹੀਂ ਆਇਆ, ਫਿਰ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ ਲਗਭਗ 1 ਮਹੀਨੇ ਬਾਅਦ ਆਏਗਾ। ਇਸ ਟਾਈਮ ਜਿਹੜੇ ਰਿਜ਼ਲਟ ਆ ਰਹੇ ਨੇ, ਜਿਹੜੀਆਂ ਫਾਈਲਾਂ ਜਿਹੜੀਆਂ ਦਸੰਬਰ ਦੇ ਐਂਡ 'ਤੇ ਲੱਗੀਆਂ ਜਾਂ ਜਨਵਰੀ ਦੇ ਫਸਟ ਵੀਕ 'ਚ ਲੱਗੀਆਂ ਨੇ, ਉਹਨਾਂ ਦੇ ਇਸ ਟਾਈਮ ਰਿਜ਼ਲਟ ਆ ਰਹੇ ਨੇ। ਥੋੜ੍ਹਾ ਜਿਹਾ ਇੱਥੇ ਡਿਲੇ ਕੁਛ ਫਾਈਲਾਂ ਵਿੱਚ ਦੇਖਣ ਨੂੰ ਮਿਲਿਆ ਹੈ, ਜਿਹੜਾ ਕਿ ਲਗਭਗ 1.5 ਮਹੀਨੇ ਦੇ ਵਿੱਚ ਵੀ ਕਈਆਂ ਦਾ ਰਿਜ਼ਲਟ ਆਇਆ। ਬਟ ਮੈਕਸੀਮਮ ਜਿਹੜੇ ਕੇਸ ਡਿਲੇ ਹੋਏ ਨੇ ਉਹਨਾਂ ਨੂੰ ਮੈਕਸੀਮਮ ਕੇਸ ਦੇ ਵਿੱਚ ਵੀਜ਼ਾ ਮਿਲਿਆ, ਇਹ ਇੱਕ ਪੋਜ਼ਿਟਿਵ ਸਾਈਨ ਹੈ। ਕਿਉਂਕਿ ਇਸ ਟਾਈਮ ਹੋ ਸਕਦਾ ਕਿ ਨੰਬਰ ਆਫ ਐਪਲੀਕੇਸ਼ਨ ਜ਼ਿਆਦਾ ਵਧਣ ਕਰਕੇ ਉਹਨਾਂ ਨੇ ਜਿਹੜਾ ਆਪਣਾ ਸੋਫਟਵੇਅਰ ਉੱਤੇ ਐਕਟਿਵ ਕੀਤਾ ਹੋਵੇ, ਜਿਹਦੇ ਕਰਕੇ ਰਿਫਿਊਜ਼ਲ ਜਿਹੜੇ ਨੇ ਉਹ ਓਟੋ ਆ ਰਹੇ ਨੇ। ਅਤੇ ਓਟੋ ਰਿਫਿਊਜ਼ਲ ਤੋਂ ਡਰੇ ਉਹਨਾਂ ਦੁਬਾਰਾ ਐਪਲੀਕੇਸ਼ਨ ਕਰ ਦਿਓ, ਕਿਉਂਕਿ ਤੁਹਾਡੇ ਬਾਇਓਮੈਟ੍ਰਿਕ ਹੋ ਚੁੱਕੇ ਹੁੰਦੇ ਨੇ, ਸਿਰਫ ਤੁਹਾਡੀ ਐਮਬੈਸੀ ਫੀਸ ਲੱਗਣੀ ਹੈ। ਅਤੇ ਐਮਬੈਸੀ ਫੀਸ ਭਰ ਕੇ ਤੁਸੀਂ ਆਪਣੀ ਫਾਈਲ ਦੁਬਾਰਾ ਜ਼ਰੂਰ ਲਾਓ, ਆਪਣੀ ਫਾਈਲ ਦੇ ਵਿੱਚ ਜਸਟੀਫਿਕੇਸ਼ਨ ਲੈਟਰ ਲਿਖ ਕੇ ਲਾਓ, ਜਸਟੀਫਾਈ ਕਰੋ ਵੀਜ਼ਾ ਅਫਸਰ ਨੂੰ, ਥੋੜ੍ਹਾ ਐਕਸਪਲੇਨ ਕਰੋ ਆਪਣੇ ਪਰਪਸ ਨੂੰ, ਥੋੜ੍ਹੇ ਸਹੀ ਤਰੀਕੇ ਨਾਲ ਟਰੈਵਲ ਪਲਾਨ ਬਣਾ ਕੇ ਦੁਬਾਰਾ ਲਾ ਦਿਓ, ਫਿਰ ਵੀਜ਼ਾ ਰਿਜ਼ਲਟ ਜਿਹੜੇ ਆ ਨਿਕਲ ਸਕਦੇ ਆ। ਅਤੇ ਜੇ ਤੁਹਾਡਾ ਰਿਫਿਊਜ਼ ਹੈ, ਸਾਡੀ ਟੀਮ ਦੇ ਥਰੂ ਵੀ ਕਰਨਾ ਹੋਵੇ, ਟੀਮ ਨਾਲ ਕੋਂਟੈਕਟ ਕਰਕੇ ਆਪਣਾ ਵੀਜ਼ਾ ਅਪਲਾਈ ਜਿਹੜਾ ਕਰਵਾ ਸਕਦੇ। ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ 'ਚ ਨਵੀਂ ਇਨਫੋਰਮੇਸ਼ਨ ਦੇ ਨਾਲ। ਸਤਿ ਸ਼੍ਰੀ ਅਕਾਲ।